चंगा हुंदा बाकी सर्दी दे विच लिया होया तां बहुत वधिया हुंदा जिहड़ा हैगा ब्रोकली दा ते गाजर दा सूप कैंसर वास्ते ते हार्ट दी ब्लॉकेज वास्ते तां बहुत ही ज्यादा चंगा हुंदा जिहड़ा कि रुत च होवे जदों रुत होवे तां जरूर आपां नूं पीना चाहीदा जिहड़ा कि इम्यूनिटी सिस्टम नूं बहुत स्ट्रोंग करदा ते इहदे वास्ते मैं एक ब्रोकली तोड़ लियाई सीगी। ब्रोकली दा हैल्दी सूप बनाउण वास्ते आपां ने एक ब्रोकली तोड़ लियांदी सीगी प्लाटां दे विच्चों ते उहनूं धो सवार के ते उहदी बिलकुल बरीक कटिंग कर ली आपां छोटी छोटी पीसां दे विच ਤੇ ਦੋ ਗਾਜਰਾਂ ਲੈ ਕੇ ਤਾਂ ਉਹਨੂੰ ਆਪਾਂ ਬਰੀਕ ਪੀਸਾਂ ਦੇ ਵਿੱਚ ਹੀ ਉਹਨੂੰ ਆਪਾਂ ਕਟਿੰਗ ਕਰ ਲਿਆ ਥੋੜਾ ਲੰਬਾਈ। ਇੱਕ ਮੀਡੀਅਮ ਆਕਾਰ ਦਾ ਪਿਆਜ਼ ਲੈ ਲਿਆ ਤੜਕਾ ਲਾਉਣ ਵਾਸਤੇ, ਥੋੜਾ ਜਿਹਾ ਆਪਾਂ ਲਸਣ ਲਿਆ ਤੇ ਥੋੜਾ ਜਿਹਾ ਲਿਆ ਆਪਾਂ ਅਦਰਕ ਜਿਨ੍ਹਾਂ ਨੂੰ ਆਪਾਂ ਫਾਈਨ ਚੌਪ ਕਰ ਲਿਆ। ਲਸਣ ਤੇ ਅਦਰਕ ਦਾ ਜਿਹੜਾ ਹੁੰਦਾ ਇਹ ਟੇਸਟ ਸੂਪ ਦੇ ਵਿੱਚ ਬਹੁਤ ਵਧੀਆ ਲੱਗਦਾ। ਤਾਂ ਇੱਕ ਛੋਟੀ ਜਿਹੀ ਆਪਾਂ ਸਟਿੱਕ ਲੈ ਲਈ ਹੈ ਦਾਲਚੀਨੀ ਦੀ ਤਾਂ ਇੱਕ ਲੈ ਲਿਆ ਆਪਾਂ ਤੇਜ ਪੱਤਾ ਤੇ ਬਣਾਵਾਂਗੇ ਆਪਾਂ ਬਟਰ ਦੇ ਵਿੱਚ। ਭਾਵੇਂ ਆਪਾਂ ਬਟਰ 'ਚ ਬਣਾ ਲਈਏ, ਭਾਵੇਂ ਕਨੋਲਾ ਆਇਲ ਦੇ ਵਿੱਚ ਅਤੇ ਭਾਵੇਂ ਆਪਾਂ ਬਣਾ ਲਈਏ ਓਲਿਵ ਆਇਲ ਦੇ ਵਿੱਚ। ਇਹਦੇ ਵਾਸਤੇ ਪੈਨ ਦੇ ਵਿੱਚ ਮੈਂ 1.5 ਗਲਾਸ ਪਾਣੀ ਰੱਖ ਕੇ ਉਹਨੂੰ ਉਬਲਣਾ ਰੱਖਤਾ ਸੀ। ਪਾਣੀ ਦੇ ਵਿੱਚ ਆਪਣੇ 'ਚ ਉਬਾਲ ਆ ਗਿਆ। ਹੁਣ ਕਟਿੰਗ ਕੀਤੀ ਹੋਈ ਆਪਾਂ ਬਰੋਕਲੀ ਅਤੇ ਗਾਜਰ ਦੋਨੋਂ ਚੀਜ਼ਾਂ ਪਾ ਕੇ ਤਾਂ ਇਹਨਾਂ ਨੂੰ ਆਪਾਂ ਉੱਪਰੋਂ ਢੱਕ ਕੇ ਤਾਂ ਉਬਲਣ ਲਈ ਰੱਖ ਦਾਂਗੇ। ਥੋੜ੍ਹਾ ਕੜਛੀ ਵਗੈਰਾ ਨਾਲ ਥੱਲੇ ਕਰ ਦਾਂਗੇ ਜਿਹੜਾ ਪਾਣੀ ਦੇ ਵਿੱਚ। ਹੁਣ ਇਹਨੂੰ ਢੱਕ ਕੇ ਆਪਾਂ ਇਹਨੂੰ ਆਪਾਂ 5-7 ਮਿੰਟਾਂ ਵਾਸਤੇ ਪਕਾਵਾਂਗੇ। ਵਿੱਚ ਦੀ ਆਪਾਂ ਇੱਕ ਵਾਰੀ ਢੱਕਣ ਖੋਲ੍ਹ ਕੇ ਅਤੇ ਇਹਨੂੰ ਇੱਕ ਵਾਰੀ ਹਿਲਾ ਦਿੱਤਾ ਸੀ, ਉੱਪਰ ਨੀਚੇ ਕਰਤਾ ਸੀਗਾ। ਤਾਂ ਹੁਣ ਜਦੋਂ ਆਪਣੇ ਹੋ ਗਏ 5-7 ਕੁ ਮਿੰਟ ਤਾਂ ਉਦੋਂ ਆਪਾਂ ਇਹਨਾਂ ਨੂੰ ਟੋਹ ਕੇ ਵੇਖ ਲਿਆ ਸੀ ਵੀ ਆਪਣੀ ਬਰੋਕਲੀ ਵਧੀਆ ਸੋਫਟ ਹੋ ਗਈ। ਤਾਂ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰਾਂਗੇ ਤਾਂ ਇਹਨੂੰ ਆਪਾਂ ਕੱਢ ਲਾਂਗੇ ਵੀ ਜਿਹੜਾ ਥੋੜ੍ਹਾ ਠੰਡਾ ਹੋ ਜਾਵੇ। ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ। ਕੱਢ ਕੇ ਜਦੋਂ ਇਹ ਠੰਡੀ ਹੋ ਗਈ ਤਾਂ ਫਿਰ ਆਪਾਂ ਮਿਕਸੀ ਦੇ ਗ੍ਰੈਂਡਰ ਜਾਰ 'ਚ ਪਾ ਕੇ ਤਾਂ ਇਹਦੀ ਵਧੀਆ ਪਿਊਰੀ ਬਣਾ ਲਾਂਗੇ, ਆਪਾਂ ਪੇਸਟ ਤਿਆਰ ਕਰ ਲਾਂਗੇ ਇਹਦੀ। ਜਿਹੜਾ ਇਹ ਪਾਣੀ ਇਹਨੂੰ ਆਪਾਂ ਵੇਸਟ ਨਹੀਂ ਕਰਾਂਗੇ, ਇਹ ਵੀ ਆਪਣਾ ਸੂਪ 'ਚ ਪਊਗਾ। ਹੁਣ ਇੱਕ ਕੜਾਹੀ ਲੈ ਲਈ ਹੈ। ਕੜਾਹੀ ਲੈ ਕੇ ਤਾਂ ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾ ਦਾਂਗੇ ਬਟਰ। ਹੁਣ ਜਦੋਂ ਆਪਣਾ ਬਟਰ ਗਰਮ ਹੋ ਗਿਆ ਤਾਂ ਫਿਰ ਵਿੱਚ ਆਪਾਂ ਪਾ ਦਾਂਗੇ ਦਾਲਚੀਨੀ ਦਾ ਸਿਨਮਨ ਸਟਿਕ ਅਤੇ ਬੇਲੀਵ ਤੇਜ ਪੱਤਾ ਅਤੇ ਦਾਲਚੀਨੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਪਾ ਦਾਂਗੇ ਆਪਾਂ ਅਦਰਕ। ਲਗਾਤਾਰ ਇਹਨਾਂ ਨੂੰ ਆਪਾਂ ਹਿਲਾਉਂਦੇ ਰਵਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਗੋਲਡਨ ਬਰਾਊਨ ਬਰੂਨ ਕੁਛ ਨਹੀਂ ਕਰਨਾ, ਥੋੜ੍ਹਾ ਕੱਚਾ ਪਾਣੀ ਕੱਢਣਾ। ਹੁਣ ਪਾ ਦਾਂਗੇ ਲਸਣ, ਕੋਈ ਇਹਨਾਂ ਨੂੰ ਆਪਾਂ ਲਾਲ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ ਗਾ। ਥੋੜ੍ਹਾ ਜਦੋਂ ਲਸਣ ਦਾ ਵੀ ਕੱਚਾਪਨ ਨਿਕਲ ਗਿਆ ਫਿਰ ਆਪਾਂ ਪਿਆਜ਼ ਪਾ ਦਾਂਗੇ। ਪਿਆਜ਼ ਨੂੰ ਆਪਾਂ ਥੋੜ੍ਹਾ ਹਲਕਾ ਜਿਹਾ ਗੁਲਾਬੀ ਹੋਣ ਤੱਕ ਭੁੰਨਾਂਗੇ। ਲਸਣ ਤੁਸੀਂ ਖਾਂਦੇ ਹੋ ਤਾਂ ਪਾ ਲਓ, ਨਹੀਂ ਇਹਨੂੰ ਸਕਿੱਪ ਵੀ ਕਰ ਸਕਦੇ ਹਾਂ। ਤਾਂ ਇਹਨੂੰ ਚੰਗੀ ਤਰ੍ਹਾਂ ਜਦੋਂ ਲਾਈਟ ਜਿਹਾ ਪਿੰਕ ਹੋ ਗਿਆ ਤਾਂ ਫਿਰ ਵਿੱਚ ਆਪਾਂ ਇਹਦੇ ਪਾਵਾਂਗੇ ਬਰੋਕਲੀ ਦੀ ਪਿਊਰੀ। ਪਿਊਰੀ ਤੋਂ ਬਾਅਦ ਜਿਹੜਾ ਆਪਣਾ ਪੈਨ ਦੇ ਵਿੱਚ ਸਾਈਡ 'ਤੇ ਪਾਣੀ ਰੱਖਿਆ ਸੀ ਜਿਹਦੇ 'ਚ ਆਪਾਂ ਬੋਇਲ ਕੀਤੀ ਸੀ ਗਾਜਰ ਅਤੇ ਬਰੋਕਲੀ, ਉਹਦੇ ਨਾਲ ਆਪਾਂ ਗ੍ਰੈਂਡਿੰਗ ਜਾਰ 'ਚੋਂ ਵੀ ਅੱਛੀ ਤਰ੍ਹਾਂ ਪੇਸਟ ਉਤਾਰ ਲਾਂਗੇ ਇਹ, ਤਾਂ ਸਾਰਾ ਵਿੱਚ ਮਿਕਸ ਕਰ ਦਾਂਗੇ। ਹਜੇ ਆਪਾਂ ਵੇਖਾਂਗੇ, ਹਜੇ ਆਪਣੀ ਨਾ ਇਹ ਬਹੁਤ ਜ਼ਿਆਦਾ ਥਿੱਕ ਹੈ ਸੂਪ, ਤਾਂ ਇਹਦੇ ਵਿੱਚ ਆਪਾਂ ਹੁਣ ਥੋੜ੍ਹਾ ਨੋਰਮਲ ਪਾਣੀ ਵੀ ਪਾਵਾਂਗੇ। ਬਾਕੀ ਪਾਣੀ ਤੁਸੀਂ ਆਪਦੀ ਪਸੰਦ ਦੇ ਅਕੋਰਡਿੰਗ ਪਾਓ, ਜਿੰਨਾ ਕੁ ਤੁਸੀਂ ਪਤਲਾ ਜਾਂ ਥਿੱਕ ਜੂਸ ਸੂਪ ਲੈਂਦੇ ਹੋ। ਹੁਣ ਆਪਾਂ ਵਿੱਚ ਪਾਵਾਂਗੇ ਤਾਜ਼ੀ ਕੁੱਟੀ ਕਾਲੀ ਮਿਰਚ। ਤਾਜ਼ੀ ਕੁੱਟੀ ਕਾਲੀ ਮਿਰਚ ਦਾ ਟੇਸਟ ਹੈ ਜਿਹੜਾ ਸੂਪ ਦੇ ਵਿੱਚ ਬਹੁਤ ਵਧੀਆ ਆਉਂਦਾ। ਵੈਸੇ ਵੀ ਮੈਂ ਫਰੈਸ਼ ਕੁੱਟ ਕੇ ਹੀ ਪਾਉਂਦੀ ਹੁੰਦੀ ਹਾਂ ਇਸ ਤਰ੍ਹਾਂ ਦੀ ਚੀਜ਼ 'ਚ ਪਾਵਾਂ ਤਾਂ, ਅਤੇ ਨਮਕ ਕਾਲੀ ਮਿਰਚ ਮੈਂ ਤਾਜ਼ੀ ਕੁੱਟੀ ਕਾਲੀ ਮਿਰਚ ਹੀ ਪਾ ਕੇ ਖੁਸ਼ ਹਾਂ। ਅੱਧਾ
ਅੱਧਾ ਪੌਣਾ ਕੁ ਚਮਚ ਮੈਂ ਕਾਲੀ ਮਿਰਚ ਦਾ ਪਾਤਾ, ਅੱਧਾ ਕੁ ਚਮਚ ਹੀ ਮੈਂ ਪਾ ਦਿੱਤਾ ਜੀ ਨਮਕ ਦਾ, ਸੇਂਦਾ ਨਮਕ ਦਾ। ਹੁਣ ਬਿਲਕੁਲ ਰੈਸਟੋਰੈਂਟ ਵਰਗਾ ਸਮੂਥ ਸਿਲਕੀ ਬਣਾਉਣ ਵਾਸਤੇ, ਸੂਪ ਬਣਾਉਣ ਵਾਸਤੇ ਆਪਾਂ ਵਿੱਚ ਪਾਵਾਂਗੇ ਡੇਢ ਕੁ ਚਮਚ ਕੋਰਨਫਲੋਰ ਦਾ ਪਾਵਾਂਗੇ। ਉਹ ਤੁਹਾਡੀ ਆਪਦੀ ਮਰਜ਼ੀ ਹੈ ਤਾਂ ਪਾ ਲਓ। ਅਗਰ ਤੁਸੀਂ ਐਜ ਏ ਮੈਡੀਸਨ ਲੈਣਾ ਚਾਹੁੰਦੇ ਹੋ ਤਾਂ ਫਿਰ ਇਹਨੂੰ ਸਕਿੱਪ ਵੀ ਕਰ ਸਕਦੇ ਹਾਂ, ਅਤੇ ਨਹੀਂ ਤਾਂ ਭਾਵੇਂ ਇੱਥੇ ਕੋਰਨਫਲੋਰ ਪਾ ਲਈਏ, ਭਾਵੇਂ ਆਪਾਂ ਇੱਥੇ ਅਰਾਰੋਟ ਪਾ ਲਈਏ, ਥੋੜ੍ਹੇ ਜਿਹੇ ਪਾਣੀ ਦੇ ਵਿੱਚ ਪਾ ਕੇ ਅਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਘੋਲ ਲਿਆ ਲੰਪਸ ਫਰੀ ਕਰਕੇ, ਅਤੇ ਹੁਣ ਵਿੱਚ ਆਪਾਂ ਮਿਕਸ ਕਰਤਾ ਚੰਗੀ ਤਰ੍ਹਾਂ ਹਿਲਾ ਕੇ ਕੋਰਨਫਲੋਰ, ਤਾਂ ਇਹਨੂੰ ਆਪਾਂ ਹੁਣ 2 ਕੁ ਮਿੰਟ ਵਾਸਤੇ ਪਕਾਵਾਂਗੇ, 2-2.5 ਮਿੰਟ ਵਾਸਤੇ। ਅਗਰ ਤੁਸੀਂ ਹਾਰਟ ਦੀ ਬਲੋਕੇਜ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਅਰਾਰੋਟ ਜਾਂ ਕੋਰਨਫਲੋਰ ਬਿਲਕੁਲ ਵੀ ਨਾ ਪਾਓ। ਹੁਣ ਸੂਪ ਆਪਣਾ ਜਿਹੜਾ ਪੂਰਾ ਐਨ ਵਧੀਆ ਥਿੱਕ ਹੋ ਗਿਆ, ਸਿਲਕੀ ਬਣ ਗਿਆ, ਤਾਂ ਹੁਣ ਵਿੱਚ ਜਿਹੜਾ ਆਪਣੇ ਕੋਲ ਤੇਜ਼ ਪੱਤਾ ਅਤੇ ਦਾਲਚੀਨੀ ਹੈ ਉਹਨੂੰ ਆਪਾਂ ਕੱਢ ਦਾਂਗੇ, ਕਿਉਂਕਿ ਇਹਦਾ ਫਲੇਵਰ ਆ ਚੁੱਕਿਆ। ਹੁਣ ਆਪਾਂ ਲਾਸਟ 'ਤੇ ਅੱਧਾ ਪੌਣਾ ਕੁ ਚਮਚ ਆਪਾਂ ਚੀਨੀ ਦਾ ਪਾ ਦਾਂਗੇ। ਚੀਨੀ ਨਾਲ ਜਿਹੜਾ ਇਹਦਾ ਟੇਸਟ ਹੈ ਬਹੁਤ ਨਿਖਰ ਕੇ ਆਉਂਦਾ, ਬਹੁਤ ਵਧੀਆ ਲੱਗਦਾ। ਤਾਂ ਬਸ ਹੁਣ ਆਪਾਂ ਨੀਚੇ ਤੋਂ ਗੈਸ ਦੀ ਫਲੇਮ ਕਰਾਂਗੇ ਔਫ, ਤਾਂ ਇਹਨੂੰ ਆਪਾਂ ਸੂਪ ਨੂੰ ਕੱਢ ਲਾਂਗੇ ਸੂਪ ਬੋਲ 'ਚ। ਲਓ ਜੀ ਵੀਵਰਸ, ਬਰੋਕਲੀ ਦਾ ਅਤੇ ਗਾਜਰ ਦਾ ਹੈਲਦੀ ਜਿਹਾ ਸੂਪ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹਨੂੰ ਆਪਾਂ ਉੱਪਰੋਂ ਗਾਰਨਿਸ਼ ਕੀਤਾ ਹੈ ਫਰੈਸ਼ ਕਰੀਮ ਨਾਲ। ਬਿਲਕੁਲ ਰੈਸਟੋਰੈਂਟ ਵਰਗਾ ਬਣਿਆ, ਜਿਹੜਾ ਕਿ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਅਤੇ ਬਹੁਤ ਵਧੀਆ ਹੈਲਦੀ। ਉੱਪਰੋਂ ਆਪਾਂ ਗਾਰਨਿਸ਼ ਕੀਤਾ ਆ ਫਰੈਸ਼ ਕਰੀਮ ਅਤੇ ਧਨੀਏ ਦੇ ਪੱਤੇ ਨਾਲ। ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਔਰ ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਪਲੀਜ਼ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਘੰਟੀ ਵਾਲਾ ਬਟਨ ਵੀ ਪ੍ਰੈਸ ਕਰ ਲੈਣਾ। ਔਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।